ਕਰਦੇ ਹਾਂ ਉਸ ਵੱਡੀ ਖਬਰ ਵੱਲ ਜੋ ਕਿ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਵਿੱਚ ਆਈ ਹੋਈ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਖੰਨੇ ਦੀ, ਜਿੱਥੇ ਕੁਝ ਕੁ ਦਿਨ ਪਹਿਲਾਂ ਪੁਲਿਸ ਵੱਲੋਂ 9 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਬਰਾਮਦ ਕੀਤੀ ਗਈ ਸੀ। ਇਹ ਮਾਮਲਾ ਇਸ ਸੰਕੇਤ ਦੇ ਰਿਹਾ ਕਿ ਮਤਦਾਨ ਦੇ ਨਜ਼ਦੀਕ ਆਉਣ ਦੇ ਨਾਲ ਹੀ ਪੈਸਿਆਂ ਨੂੰ ਵੀ ਠਿਕਾਣੇ ਲਗਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ, ਪਰ ਪੁਲਿਸ ਵੱਲੋਂ ਵਰਤੀ ਜਾ ਰਹੀ ਚੌਕਸੀ ਕਾਰਨ ਕਈ ਗੈਰ ਕਾਨੂੰਨੀ ਧੰਦਾ ਕਰਨ ਵਾਲਿਆਂ ਨੂੰ ਕਾਬੂ ਵੀ ਕੀਤਾ ਜਾ ਰਿਹਾ। ਪਰ ਕੁਝ ਮਾਮਲੇ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਸਿਆਸਤਦਾਨ ਵੀ ਸਿਆਸੀ ਰੋਟੀਆਂ ਸੇਕਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ। ਅਜਿਹਾ ਕੁਝ ਇੱਥੇ ਵੇਖਣ ਨੂੰ ਮਿਲਿਆ ਜਿੱਥੇ ਬੀਤੇ ਸ਼ਨੀਵਾਰ ਨੂੰ ਪੁਲਿਸ ਵੱਲੋਂ ਹਵਾਲੇ ਦੇ 9,66,61,700 ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਸੀ। ਅਤੇ ਹੁਣ ਇਸ ਮਾਮਲੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਆਸੀ ਸਟੰਟ ਕਰਾਰ ਦਿੱਤਾ। ਮਾਰਚ ਨੂੰ ਖੰਨਾ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਸਨੇ ਹਵਾਲੇ ਦੇ 9,66,61,700 ਰੁਪਏ ਸਮੇਤ 6 ਵਿਅਕਤੀਆਂ ਨੂੰ ਕਾਬੂ ਕੀਤਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ SSP ਧਰੁਵ ਦਈਆ ਨੇ ਦੱਸਿਆ ਸੀ ਕਿ ਪੁਲਿਸ ਅਧਿਕਾਰੀਆਂ ਵੱਲੋਂ ਆਮ ਚੋਣਾਂ ਦੇ ਮੱਦੇਨਜ਼ਰ ਸਪੈਸ਼ਲ ਨਾਕਾਬੰਦੀਆਂ ਕਰਕੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ, ਜਿਸ ਦੇ ਤਹਿਤ ਇਸ ਹਵਾਲੇ ਦੀ ਕਰੋੜਾਂ ਰੁਪਏ ਦੀ ਰਾਸ਼ੀ ਅਤੇ ਉਕਤ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਸੀ। ਉਹੀ ਅਸੀਂ ਇਸ ਵੇਲੇ ਉਸ ਚੀਜ਼ ਨੂੰ ਨਹੀਂ ਕੁਝ ਦੱਸ ਸਕਦੇ, ਉਹ ਇਨਕਮ ਟੈਕਸ ਡਿਪਾਰਟਮੈਂਟ ਆਪਣੀ ਇਨਵੈਸਟੀਗੇਸ਼ਨ ਕਰਕੇ ਹੀ ਉਹ ਮੈਟਰ ਜਿਹੜਾ ਹੈਗਾ ਕਿਸਦਾ ਐਗਜੈਕਟਲੀ ਕੀ ਰੋਲ ਸੀਗਾ, ਕੈਸ਼ ਨੂੰ ਕਿੱਥੋਂ ਜਾਣਾ ਸੀ ਜਾਂ ਕਿੱਦਾਂ ਦੀ ਯੂਟੀਲਾਈਜੇਸ਼ਨ ਸੀ, ਜੋ ਵੀ ਇਹ ਸਾਰੇ ਐਸਪੈਕਟਸ ਹੈ ਉਹ ਪ੍ਰੂਵ ਕੀਤੇ ਜਾਣਗੇ। ਸਰ, ਰਿਕਵਰੀ ਹੋਈ ਕਿੱਥੋਂ ਸਰ, ਐਕਚੁਅਲ ਰਿਕਵਰੀ ਜਿਹੜੀ ਹੈ ਅਮਾਊਂਟ ਵੀ ਕਿੱਥੋਂ ਹੋਈ ਹੈ ਸਰ, ਕਿਉਂਕਿ ਕੁਝ ਮੈਸੇਜ ਜਿਹੜਾ ਰਾਤ ਦਾ ਵਾਇਰਲ ਹੋ ਰਿਹਾ ਸੀ ਕਿ ਚਰਚ 'ਚੋਂ ਰਿਕਵਰੀ ਹੋਈ ਹੈ ਇਹਦੀ। ਨਹੀਂ ਜੀ, ਚਰਚ ਤੋਂ ਨਹੀਂ ਹੋਈ, ਜਿਹੜੀ ਡਿਟੇਲਸ ਹੈ ਸਾਰੀ ਪ੍ਰੈਸ ਰੂਟ ਦੇ ਵਿੱਚ ਲਿਖੀ ਹੋਈ ਹੈ, ਤੁਹਾਨੂੰ ਉਸ ਤੋਂ ਤੁਸੀਂ ਆਪ ਪੜ੍ਹ ਸਕਦੇ ਹੋ। ਬਟ ਜਿਹੜਾ ਤੁਸੀਂ ਮੈਸੇਜ ਕਹਿ ਰਹੇ ਹੋ ਕਿ ਚਰਚ ਤੋਂ ਰਿਕਵਰੀ ਹੋਈ ਹੈ, ਮੈਂ ਨਿਊਜ਼ ਪੇਪਰ ਮੈਂ ਲੱਗੀ ਹੋਈ ਹੈ ਨਾ ਕਾਲਜ ਫਿਲਮ ਦਾ ਡੈਸ਼ਿਸ ਸੀ ਮੈਂ ਜਿੱਦਾਂ ਕੁਛ ਵੀ ਸਾਰੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਨਹੀਂ ਦੱਸ ਸਕਦੇ ਹੈ, ਬਟ ਉਸ ਦਾ ਬੈਸਟ ਆਫ ਆਰ ਨੌਲੇਜ ਇਹ ਚੀਜ਼ ਕਿ ਚਰਚ ਤੋਂ ਰਿਕਵਰੀ ਹੋਈ। ਸਰ, ਨੈਕਸਟ ਦਾ ਪਰਸਨਾ ਕੌਣ ਸੀ ਜਿਹੜਾ ਇਹ ਹਵਾਲਾ ਲਾ ਕੇ ਉਹਨੂੰ ਕਰ ਦਿੰਦੇ ਜੀ? ਇਹਦਾ ਇਸ ਦਾ ਜੀ ਉਹੀ ਬੇਸਿਕਲੀ ਇਹ ਹੈਗੀ ਸਾਰੀ ਹਵਾਲਾ ਕੈਸ਼, ਔਰ ਬਹੁਤ ਵੱਡਾ ਕੈਸ਼ ਹੈ, ਔਰ ਕਿਉਂਕਿ ਇਹ ਬਹੁਤ ਸੈਂਸਿਟਿਵ ਔਰ ਇੰਪੋਰਟੈਂਟ ਮੈਟਰ ਹੈ, ਕਰਕੇ ਇਹ ਸਾਰੀ ਜਿਹੜੀ ਕਰੰਸੀ ਹੈ ਔਰ ਸਾਰੇ ਬਾਰੇ ਦੀ ਸਟੇਟਮੈਂਟਸ ਔਰ ਡਿਟੇਲ ਸਾਰੀ ਦੀ ਸਾਰੀ ਇਨਕਮ ਟੈਕਸ ਡਿਪਾਰਟਮੈਂਟ ਨਾਲ ਸ਼ੇਅਰ ਕੀਤੀ ਹੈ। ਐਗਜੈਕਟਲੀ ਕਿਸ ਦਾ ਕੀ ਰੋਲ ਸੀਗਾ, ਕਿੰਨਾ ਰੋਲ ਸੀਗਾ, ਔਰ ਕੈਸ਼ ਦਾ ਜਿਹੜਾ ਫਲੋ ਹੈ ਕਿੱਥੋਂ ਕਿਹੜੇ ਕਿੱਥੇ ਜਾਣਾ ਸੀ, ਉਹ ਸਾਰੇ ਮੈਟਰਸ ਇਨਕਮ ਟੈਕਸ ਡਿਪਾਰਟਮੈਂਟ ਨੇ ਰਿਪੋਰਟ ਕਰਦੇ ਹਨ। ਇਸ ਸੰਬੰਧੀ ਜਿਹੜੇ ਆਪਣੇ ਸੀਨੀਅਰ ਇਨਕਮ ਟੈਕਸ ਡਿਪਾਰਟਮੈਂਟ ਦੇ ਆਫਿਸਰ ਦੇ ਨੂੰ ਜਾਣੇ ਸੀ, ਉਹਨਾਂ ਨੂੰ ਸੂਚਿਤ ਕਰਕੇ ਉਹ ਸਾਰੀ ਪ੍ਰੋਸੀਜਰ ਔਰ ਲੀਗਲ ਫਾਰਮੈਲਿਟੀ ਕੰਪਲੀਟ। ਉਧਰ ਖੰਨਾ ਪੁਲਿਸ ਵੱਲੋਂ ਕਰੋੜਾਂ ਦੀ ਰਾਸ਼ੀ ਦੇ ਨਾਲ ਫੜੇ ਗਏ ਪ੍ਰਤਾਪਪੁਰਾ ਰਹਿੰਦੇ ਫਾਦਰ ਐਂਥਨੀ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਖੰਨਾ ਪੁਲਿਸ ਤੇ ਹੀ ਕਰੋੜਾਂ ਰੁਪਏ ਗਾਇਬ ਕਰਨ ਦੇ ਦੋਸ਼ ਲਾ ਦਿੱਤੇ ਸਨ। ਨਨ ਕੇਸ ਵਿੱਚ ਫਸੇ ਫਰੈਂਕੋ ਮੁਲੰਕਲ ਦੇ ਕਰੀਬੀ ਫਾਦਰ ਐਂਥਨੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਪੁਲਿਸ ਨੇ ਉਹਨਾਂ ਦੇ ਘਰੋਂ 16 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਬਰਾਮਦ ਕੀਤੀ ਸੀ, ਜੋ ਕਿ ਉਹਨਾਂ ਦੀ ਫਰਮ ਦੇ ਸਨ, ਜਿਨ੍ਹਾਂ ਵਿੱਚੋਂ 9,65,00,000 ਰੁਪਏ ਦੀ ਪੁਲਿਸ ਨੇ ਸ਼ੋਅ ਕੀਤੇ ਨੇ। ਜਦੋਂ ਪੁਲਿਸ ਉੱਥੇ ਆ ਕੇ ਪੈਸਾ ਉੱਥੋਂ ਉਹਨਾਂ ਦੇ ਹਵਾਲੇ ਕੀਤਾ, ਤਦ ਉੱਥੇ ਬੈਂਕ ਵਾਲੇ ਕੈਸ਼ ਕਾਊਂਟ ਕਰ ਰਿਹਾ ਸੀ। ਬੈਂਕ ਵਾਲੇ ਨੇ ਕਰੀਬਨ 6 ਕਰੋੜ ਕੇ ਪੈਸਾ ਕਾਊਂਟ ਕੀਤਾ ਸੀ ਔਰ ਬਾਕੀ ਪੈਸਾ ਕਾਊਂਟ ਕਰਕੇ ਉਹਨਾਂ ਨੇ ਲੈ ਕੇ ਜਾਣਾ ਸੀ। ਇੱਕ ਦਿਨ ਪਹਿਲੇ ਵੀ ਬੈਂਕ ਵਾਲੇ ਆ ਕੇ ਉਹਨਾਂ ਆਪਣੇ ਇਸ ਫਰਮ ਦੇ ਵਿੱਚ ਉੱਥੋਂ ਪੈਸਾ ਗਿਣਤੀ ਕਰਕੇ ਜਾ ਕੇ ਪੈਸਾ ਜਮ੍ਹਾਂ ਵੀ ਕੀਤਾ ਵਾ, ਉਹ ਵੀ ਅਪਰੋਕਸੀਮੇਟਲੀ 10 ਕਰੋੜ ਐਂਡ 2,000 ਰੁਪੀਸ ਜਮ੍ਹਾਂ ਹੈਗੀਆਂ। ਸੋ ਹਰ ਸਾਲ ਤੁਹਾਨੂੰ ਪਤਾ ਕਿ ਇਹ ਕਿਤਾਬਾਂ ਤੋਂ ਮਾਰਚ ਦੇ ਵਿੱਚ ਵਿਕਦੀ ਹੈ ਅਤੇ ਮਾਰਚ ਦੇ ਵਿੱਚ 75% ਲੁਧਿਆਣੇ ਦੇ ਵਿੱਚੋਂ ਨਹੀਂ, ਜਿੱਥੇ ਮੇਰੇ ਕੋਠੀ ਦੇ ਵਿੱਚੋਂ ਜਦੋਂ ਮੈਨੂੰ ਲੈ ਕੇ ਗਿਆ ਨਾਲ ਹੀ ਪੈਸਾ ਲੈ ਕੇ ਗਿਆ ਸੀ। ਟੋਟਲ ਸੀਗਾ 16 ਕਰੋੜ ਰੁਪਏ, ਉਹਦੇ ਵਿੱਚੋਂ ਹੁਣ ਜਦੋਂ ਗਿਣਤੀ ਕੀਤਾ ਵਾ ਉਹ ਕਹਿੰਦਾ ਕਿ ਸਿਰਫ 9 ਕਰੋੜ 60
ਲੱਖ ਦਾ 66 ਲੱਖ ਨੇ 66 ਲੱਖ ਕੁਛ ਹੈਗਾ ਪਰ ਬਾਕੀ ਹੁਣ 6.5 ਕਰੋੜ ਰੁਪਏ ਉਹਦੇ ਵਿੱਚ ਨਹੀਂ ਆ ਰਿਹਾ। ਇਸ ਮਾਮਲੇ ਉੱਤੇ ਬਿਆਨਬਾਜ਼ੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਹ ਸਭ ਸਿਆਸੀ ਸਟੰਟ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਉੱਤੇ ਵੀ ਨਿਸ਼ਾਨਾ ਵਿੰਨ੍ਹਿਆ ਹੈ। ਭੱਜ ਕੇ ਲੋਕ ਕੋਈ ਫੜੇ ਨਹੀਂ ਗਏ, ਸਰਕਾਰੀ ਮੁਲਾਜ਼ਮ ਨੂੰ ਗੋਲੀ ਮਾਰਤੀ ਬੀਬੀ ਨੂੰ, ਇੱਕ ਬੰਦਾ ਨਹੀਂ ਫੜਿਆ। ਤੁਸੀਂ ਦੇਖ ਲਓ ਅੱਜ ਇੱਥੇ ਕ੍ਰਿਸਚਨ ਭਾਈਚਾਰਾ, ਉਹਨਾਂ ਦੀ ਕੋਈ ਪੈਸਾ ਲੱਭਿਆ 16 ਕਰੋੜ ਰੁਪਇਆ, ਉਹ ਕਹਿੰਦੇ ਸਾਡੇ ਜੋ ਆਇਆ 16 ਕਰੋੜ ਰੁਪਇਆ ਪੁਲਿਸ ਨੇ ਫੜਿਆ ਤੇ ਦਿਖਾਇਆ ਕੱਲਾ 9 ਕਰੋੜ ਰੁਪਇਆ, 7 ਕਰੋੜ ਤੁਸੀਂ ਖਾ ਗਈ ਤੁਹਾਡੇ ਆਪਣੇ ਇੱਥੋਂ ਦੇ। ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਸੂਬੇ ਵਿੱਚ ਘਪਲੇ ਦੇ ਮਾਮਲੇ ਸਾਹਮਣੇ ਆਉਂਦੇ ਰਹਿਣਗੇ ਅਤੇ ਕਦੋਂ ਤੱਕ ਸਾਡੇ ਸਿਆਸਤਦਾਨ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਸਿਆਸੀ ਰੋਟੀਆਂ ਸੇਕਣ ਉੱਤੇ ਵਧੇਰੇ ਜ਼ੋਰ ਦਿੰਦੇ ਰਹਿਣਗੇ ਅਤੇ ਆਖਿਰ ਕਦੋਂ ਤੱਕ ਅਜਿਹੇ ਮਾਮਲਿਆਂ ਦੀ ਸੱਚਾਈ ਆਮ ਜਨਤਾ ਤੱਕ ਪਹੁੰਚਣ ਤੋਂ ਵਾਂਝੀ ਰਹਿ ਜਾਵੇਗੀ। ਸਾਂਝਾ ਟੀਵੀ ਲਈ ਖੰਨਾ ਤੋਂ ਪ੍ਰੋਫੈਸਰ ਅਵਤਾਰ ਸਿੰਘ ਦੀ ਰਿਪੋਰਟ।